ਭਾਰਤੀ ਭਾਈਚਾਰੇ ਦੇ 100 ਤੋਂ ਵੱਧ ਮੈਂਬਰਾਂ ਨੇ ਭਾਰਤੀ ਵਿਦਿਆਰਥਣ ਜਾਨਵੀ ਕੰਡੂਲਾ ਲਈ ਇਨਸਾਫ ਅਤੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਜੇਲ੍ਹ ਭੇਜਣ ਦੀ ਮੰਗ ਨੂੰ ਲੈ ਕੇ ਸਿਆਟਲ ਵਿੱਚ ਰੈਲੀ ਕੱਢੀ। ਇਹ ਰੈਲੀ ਉਸੇ ਥਾਂ ਤੇ ਆਯੋਜਿਤ ਕੀਤੀ ਗਈ ਜਿੱਥੇ ਕੰਡੂਲਾ ਨੂੰ ਪੁਲਿਸ ਦੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਕੰਡੂਲਾ 23 ਜਨਵਰੀ 2023 ਨੂੰ ਜਦੋਂ ਸੜਕ ਪਾਰ ਕਰ ਰਹੀ ਸੀ ਤਾਂ ਉਸ ਨੂੰ ਪੁਲਿਸ ਦੇ ਵਾਹਨ ਨੇ ਟੱਕਰ ਮਾਰੀ ਇਸ ਵਾਹਨ ਨੂੰ ਕੈਵਨ ਡੇਵ ਨਾਂ ਦਾ ਅਧਿਕਾਰੀ ਚਲਾ ਰਿਹਾ ਸੀ ਉਹ ਨਸ਼ੇ ਦੀ ਓਵਰਡੋਜ਼ ਸੰਬੰਧੀ ਇੱਕ ਮਾਮਲੇ ਦੀ ਸੂਚਨਾ ਮਿਲਣ ਤੇ ਤੈਅ ਰਫ਼ਤਾਰ ਦੀ ਉਲੰਘਣਾ ਕਰਦੇ ਹੋਏ 119 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ ਸਿਆਟਲ ਖੇਤਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਸੋਤਵਦ ਮੈਂਬਰ ਡੇਨੀ ਪਾਰਕ ਵਿੱਚ ਇਕੱਠੇ ਹੋਏ ਅਤੇ ਉਸ ਚ ਰਸਤੇ ਵੱਲ ਮਾਰਚ ਕੀਤਾ ਜਿੱਥੇ ਕੰਡੂਲਾ ਨੂੰ ਟੱਕਰ ਵੱਜੀ ਸੀ ਇਸ ਦੌਰਾਨ ਮੈਂਬਰਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ ਜਿਨ੍ਹਾਂ ਤੇ ਲਿਖਿਆ ਸੀ ਜਾਨਵੀ ਸਿਆਟਲ ਪੁਲਿਸ ਵਿਭਾਗ ਤੋਂ ਵੱਧ ਕੀਮਤੀ ਹੈ ਅਤੇ ਜਾਨਵੀ ਲਈ ਇਨਸਾਫ ਕਾਤਲ ਪੁਲਿਸ ਵਾਲੇ ਨੂੰ ਜੇਲ੍ਹ ਰੇਲੀ ਦਾ ਯੋਜਨ ਬੁਥੇਲ ਸਥਿਤ ਸੰਗਠਨ ਉਤਸਵ ਵੱਲੋਂ ਕੀਤਾ ਗਿਆ ਜੋ ਦੱਖਣੀ ਏਸ਼ੀਆਈ ਲੋਕਾਂ ਨੂੰ ਉਹਨਾਂ ਦੇ ਭਾਈਚਾਰਿਆਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ। ਉੱਥੇ ਵਿਵਾਦ-ਵੱਦ ਦਾ ਦੇਖ ਕੇ ਸਿਆਟਲ ਸ਼ਹਿਰ ਦੇ ਮੇਅਰ ਬਰੂਸ ਨੇ ਵਿਦਿਆਰਥਣ ਦੀ ਦੁਖਦਾਈ ਮੌਤ ਲਈ ਮੁਆਫੀ ਮੰਗੀ ਹੈ। ਮੇਅਰ ਦੀ ਮੁਆਫੀ ਸੈਟਲ ਖੇਤਰ ਦੇ ਦੱਖਣੀ ਏਸ਼ੀਆਈ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੇ ਜ਼ੋਰਦਾਰ ਪ੍ਰਦਰਸ਼ਨ ਤੋਂ ਬਾਅਦ ਆਈ ਹੈ। ਮੁਆਫੀ ਦੇ ਨਾਲ ਮੇਅਰ ਨੇ ਪੂਰੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਬਿਲਕੁਲ ਮਨਜ਼ੂਰ ਨਹੀਂ ਹੈ ਮਨੁੱਖੀ ਜੀਵਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਪ੍ਰਦਰਸ਼ਨਕਾਰੀਆਂ ਦੇ ਨਾਲ ਬੈਠਕ ਦੇ ਵਿੱਚ ਮੇਅਰ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ